ਜਲੰਧਰ ਦੇ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਇੱਕ ਕਾਰਵਾਈ ਅੱਜ ਕੀਤੀ ਗਈ ਹੈ। ਧੋਗੜੀ ਰੋਡ 'ਤੇ ਸਥਿਤ ਫੈਕਟਰੀ ਰੈਮਕੋ ਇੰਟਰਨੈਸ਼ਨਲ ਫੈਕਟਰੀ ਹੈ, ਜਿਹਦੇ ਵਿੱਚ ਕੁਝ ਘੰਟੇ ਪਹਿਲਾਂ ਇਨਕਮ ਟੈਕਸ ਨੇ ਰੇਡ ਕੀਤੀ ਹੈ। ਇਨਕਮ ਟੈਕਸ ਦੇ ਆਲਾ ਅਧਿਕਾਰੀ ਫੈਕਟਰੀ ਦੇ ਅੰਦਰ ਹੈਗੇ ਹੈ ਔਰ ਕਾਗਜ਼ੀ ਕਾਰਵਾਈ ਕਰ ਰਹੇ ਆ। ਜਿੱਦਾਂ ਤੁਸੀਂ ਹੁਣੇ ਦੇਖਿਆ, ਜਲੰਧਰ ਦੇ ਪੂਰਵ ਮੇਅਰ ਰਕੇਸ਼ ਰਾਠੌਰ ਵੀ ਇੱਥੇ ਪੁੱਜੇ ਹੈ, ਉਹ ਵੀ ਅੰਦਰ ਜਾ ਚੁੱਕੇ ਹੈ। ਇਹ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਿਹੜੇ ਫੈਕਟਰੀ ਦੇ ਮਾਲਕ ਹੈਗੇ ਉਹਨਾਂ ਨੂੰ ਕੁਝ ਦੇਰ ਪਹਿਲਾਂ ਪਤਾ ਲੱਗ ਚੁੱਕਾ ਸੀ ਇੱਥੇ ਕੋਈ ਕਾਰਵਾਈ ਹੋ ਸਕਦੀ ਹੈ, ਕਿਉਂਕਿ ਉਹਨਾਂ ਨੇ ਸਵੇਰੇ ਹੀ ਆਪਣੇ ਜਿਹੜੇ ਵਰਕਰ ਹੈਗੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਸੀ। ਕੈਮਰਾਮੈਨ ਮੁਕੇਸ਼ ਦੇ ਨਾਲ ਪੰਕਜ ਸ਼ਰਮਾ, ਦੈਨਿਕ ਸਵੇਰਾ ਟੀਵੀ, ਜਲੰਧਰ।